दैनिक सवेरा, अंधेरे से उजाले की ओर। पुलिस को चुनौती देते हुए न्यू बारादरी स्थित आईजी कार्यालय के समक्ष स्थित धार्मिक स्थान पर चोरी की वारदात को अंजाम दिया गया। चोर गुरुद्वारा साहिब से गोलक चुरा कर ले गए। गोलक में तकरीबन 20,000 रुपए के करीब चढ़ावा था। इस संबंधी जानकारी देते हुए गुरुद्वारे के सेवादार जोगिंदर सिंह ने बताया कि सुबह जब वह गुरुद्वारा साहिब पहुंचे तो उन्होंने देखा कि चढ़ावे की गोलक गायब है, जिसके बाद उन्होंने संबंधित थाना बारादरी की पुलिस को सूचित किया। पुलिस ने मौके पर पहुंचकर कार्रवाई शुरू कर दी है। ਮੇਰਾ ਫੋਨ ਮੁੰਡਾ ਆਇਆ ਸੀ, ਅਸੀਂ ਸਮਾਨ ਲੈਂਦੇ ਰਹੇ ਹਾਂ, ਫਿਰ ਵਾਪਸ ਆਏ, ਮੁੜ ਕੇ ਮੈਨੂੰ ਬਾਬਾ ਜੀ ਆਏ ਹੋਏ ਸੀ ਅੱਗੇ, ਬਾਅਦ ਉਹਨਾਂ ਨੇ ਦੇਖਿਆ ਕਿ ਮੈਨੂੰ ਦੱਸਿਆ ਮੈਂ ਗੁਰਦੁਆਰਾ ਨਹੀਂ ਕਿ ਆਏ ਦੇਖਣ ਵਾਸਤੇ ਆ ਨਹੀਂ। ਫਿਰ ਸਵੇਰ ਗੁਰਦੁਆਰਾ ਸਾਹਿਬ ਤੋਂ ਫੋਨ ਆਇਆ ਮੈਨੂੰ ਕਿ ਗੁਰਦੁਆਰਾ ਸਾਹਿਬ ਚੋਰੀ ਹੋ ਗਈ, ਬਾਬਾ ਜੀ ਨੇ ਵੀ ਫੋਨ ਕੀਤਾ ਕਹਿੰਦੇ ਗੋਲਕ ਚੱਕ ਹੋ ਗਈ ਗੁਰਦੁਆਰਾ ਸਾਹਿਬ ਤੋਂ, ਅਤੇ ਮੈਂ ਆ ਕੇ ਵੇਖਿਆ ਅਤੇ ਪਿੱਛੇ ਗੁਰਦੁਆਰੇ ਦਾ ਦਰਵਾਜ਼ਾ ਟੁੱਟਾ ਪਿਆ ਅਤੇ ਉੱਥੋਂ ਤੋੜ ਕੇ ਗੋਲਕ ਕੱਢ ਕੇ ਬੈਕ ਸਾਈਡ 'ਤੇ ਗੋਲਕ ਪਈ ਆ, ਉਹ 'ਚੋਂ ਮਤਲਬ ਕਿ ਗੋਲਕ ਤੋੜ ਕੇ ਚੰਗੀ ਤਰ੍ਹਾਂ ਤਸੱਲੀ ਵਿੱਚ ਬਹਿ ਕੇ ਉਹਨੂੰ ਤੋੜ ਕੇ ਉੱਥੋਂ ਪੈਸਾ ਕੱਢਿਆ ਗਿਆ। ਮਾਮਲਾ ਇੱਥੇ ਗੁਰਦੁਆਰਾ ਸਾਹਿਬ, ਸਾਨੂੰ ਇਨਫੋਰਮੇਸ਼ਨ ਮਿਲੀ ਚੋਰੀ ਹੋਈ ਹੈ ਅਤੇ ਅਸੀਂ ਮੌਕੇ 'ਤੇ ਆਏ ਹਾਂ। ਮੌਕੇ 'ਤੇ ਆ ਕੇ ਅਸੀਂ ਦੇਖਿਆ ਅਤੇ ਅਸੀਂ ਪੁੱਛਗਿੱਛ ਕਰ ਰਹੇ ਹਾਂ, ਜਿਹੜੇ ਸ਼ੱਕੀ ਪੁੱਛੀ ਦੇ ਅਤੇ ਜਾਂਦੇ ਹਾਂ ਉਹਨਾਂ ਤੋਂ ਪੁੱਛਗਿੱਛ ਕਰਾਂਗੇ ਅਤੇ ਜੋ ਵੀ ਹੈ ਕਾਰਵਾਈ ਬਣਦੀ ਕਾਰਵਾਈ ਕਰਾਂਗੇ।